ਮੂਵੀ ਲਵਰਸ ਲਈ ਹਰ ਉਹ ਦਿਨ ਬੜਾ ਖਾਸ ਹੁੰਦਾ ਹੈ ਜਿਸ ਦਿਨ ਨਵੀਂ ਮੂਵੀ ਰਿਲੀਜ਼ ਹੁੰਦੀ ਹੈ, ਅਤੇ ਅੱਜ ਨਵੀਂ ਮੂਵੀ ਰਿਲੀਜ਼ ਹੋ ਚੁੱਕੀ ਹੈ, ਜੱਟ ਐਂਡ ਜੂਲੀਅਟ 3। ਮੱਚ ਅਵੇਟਿਡ ਮੂਵੀ ਜੱਟ ਐਂਡ ਜੂਲੀਅਟ 3 ਨੂੰ ਸਟਾਰ ਕਰਦੇ ਨੇ ਦਲਜੀਤ ਦੋਸਾਂਝ, ਨੀਰੂ ਬਾਜਵਾ, ਜੈਸਮੀਨ ਬਾਜਵਾ, ਰਾਣਾ ਰਣਵੀਰ, ਬੀ ਐਨ ਸ਼ਰਮਾ, ਨਾਸੀਰ, ਅਕਰਮ ਉਦਾਸ, ਹਰਦੀਪ ਗਿੱਲ। ਅੱਜ ਰਿਲੀਜ਼ ਹੋਈ ਨਵੀਂ ਪੰਜਾਬੀ ਮੂਵੀ ਜੱਟ ਐਂਡ ਜੂਲੀਅਟ 3 ਲੋਕਾਂ ਨੂੰ ਕਿੰਨੀ ਕੁ ਪਸੰਦ ਆ ਰਹੀ ਹੈ, ਅਤੇ ਚੱਲਦੇ ਹਾਂ ਲੋਕਾਂ ਦੇ ਕੋਲ ਅਤੇ ਜਾਣਦੇ ਹਾਂ ਉਹਨਾਂ ਦੀ ਰਾਏ, ਅਤੇ ਆ ਜਾਓ ਫਿਰ ਚੱਲਦੇ ਹਾਂ। ਬਹੁਤ ਇੰਤਜ਼ਾਰ ਸੀ ਅਤੇ ਮੂਵੀ ਸਾਰੀ ਬਹੁਤ ਵਧੀਆ ਵੇਖੀ ਆ, ਪਰਿਵਾਰ 'ਚ ਬੈਠ ਕੇ ਵੇਖਣ ਵਾਲੀ ਆ। ਜਦੋਂ ਤੋਂ ਦਿਲਜੀਤ ਜਾਂ ਐਮੀ ਵਿਰਕ ਜਾਂ ਇਹ ਨਵੇਂ ਕਲਾਕਾਰ ਜਿੰਨੇ ਆਏ, ਇਹਨਾਂ ਨੇ ਪੰਜਾਬੀ ਸਿਨੇਮੇ ਨੂੰ ਬਹੁਤ ਉਚਾਈਆਂ 'ਤੇ ਪਹੁੰਚਾਤਾ। ਪਹਿਲਾਂ ਉਹ ਹੀ ਮਾਰ ਧਾੜ ਹੁੰਦੀ ਸੀ, ਜੱਟ 'ਤੇ ਹੀ ਸਾਰਾ ਕੁਛ ਹੁੰਦਾ ਸੀ, ਉਹ ਚੀਜ਼ਾਂ ਤੋਂ ਹਟ ਕੇ ਜਦੋਂ ਇਹਨਾਂ ਚੀਜ਼ਾਂ ਨੂੰ ਨਵੀਂ ਸੋਚ ਨੂੰ ਲੈ ਕੇ ਚੱਲੇ, ਉਹਦੇ ਨਾਲ ਪੰਜਾਬੀ ਸਿਨੇਮੇ ਦਾ ਮਿਆਰ ਜਿਹੜਾ ਵਰਲਡ 'ਚ ਬਹੁਤ ਉੱਚਾ ਹੋਇਆ। ਇਕੱਲੇ ਇੰਡੀਆ 'ਚ ਨਹੀਂ, ਬਾਹਰਲੇ ਦੇਸ਼ਾਂ 'ਚ ਵੀ ਮੂਵੀ ਦਾ ਇੰਤਜ਼ਾਰ ਹੋ ਰਿਹਾ ਸੀ। ਬਹੁਤ ਵਧੀਆ ਮੂਵੀ ਆ, ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਵੀ ਬਹੁਤ ਵਧੀਆ ਆ, ਤੁਸੀਂ ਪਰਿਵਾਰ 'ਚ ਬੈਠ ਕੇ ਦੇਖਣੇ, ਬੱਚਿਆਂ ਨੂੰ ਛੁੱਟੀਆਂ ਆ, ਨਾਲੇ ਇੰਜੋਏ ਕਰੋ, ਨਾਲੇ ਮੂਵੀ ਵੇਖੋ। ਬਹੁਤ ਵਨ ਟੂ ਵੀ ਵੇਖੀ, ਉਸ ਤੋਂ ਵੀ ਵਧੀਆ ਹੈ ਮੂਵੀ, ਬਹੁਤ ਵਧੀਆ। ਸਟਾਰ ਕਰਨਾ 5 ਸਟਾਰ 'ਚੋਂ ਕਿੰਨੇ ਸਟਾਰ? 5 'ਚੋਂ 5 ਸਟਾਰ ਹੀ ਹੈ। ਕੋਈ ਗਾਣੇ ਸਾਰੇ ਹੀ ਵਧੀਆ ਜੀ, ਬਹੁਤ ਵਧੀਆ ਗਾਣੇ ਸਾਰੇ, ਸਾਰੀ ਮੂਵੀ ਬੈਠ ਕੇ ਪਰਿਵਾਰ 'ਚ ਵੇਖਣ ਵਾਲੀ ਆ। ਨਾਲੇ ਮੰਨਦਾ ਜਦੋਂ ਹੁਣ ਬਾਹਰ ਇੰਨੀ ਗਰਮੀ ਆ, ਵਾ ਆਣ ਕੇ ਘੜੀ ਬੈਠਦਾ, ਡਿਪਰੈਸ਼ਨ 'ਚੋਂ ਨਿਕਲਦਾ ਆ, ਅਤੇ ਉਹ ਸਾਰਾ ਦਿਮਾਗ ਫਰੈਸ਼ ਹੋ ਜਾਂਦਾ, ਇੱਕ ਵਾਰੀ ਹੱਸ ਖੇਡ ਲੈਂਦਾ ਆਪਣੇ ਪਰਿਵਾਰ ਨਾਲ। ਹੁਣ ਬੱਚਿਆਂ ਨੂੰ ਛੁੱਟੀਆਂ ਨੇ, ਬਾਹਰ ਵੀ ਲੋਕ ਘੁੰਮਣ ਜਾ ਰਹੇ, ਆਣ ਕੇ ਮੂਵੀ ਵੇਖਣ। ਬਹੁਤ ਵਧੀਆ ਮੂਵੀ ਆ, ਅਤੇ ਪਰਿਵਾਰ 'ਚ ਬਹਿ ਕੇ ਵੇਖਣ ਵਾਲੀ ਆ, ਅਤੇ ਮੈਂ ਇਹ ਅਪੀਲ ਕਰਦੀ ਹਾਂ ਕਿ ਹਰ ਕੋਈ ਮਤਲਬ ਇਹ ਮੂਵੀ ਜਿਹੜੀ ਉਹ ਵੇਖੇ। ਜਿੱਦ ਕਿੰਨੇ ਕੀਤੀ ਬੱਚੇ ਨੇ ਕਿ ਹਸਬੈਂਡ ਨੇ? ਜਿੱਦ ਨਹੀਂ, ਬੱਚਿਆਂ ਨੇ। ਬੱਚੇ ਤਾਂ ਉੱਦਣ ਦਾ ਹੀ ਕਹਿ ਰਹੇ ਸੀ ਕਿ ਆਪਾਂ ਜਾਣਾ ਹੀ ਜਾਣਾ, ਜਿੱਦਣ ਵੀ ਰਿਲੀਜ਼ ਹੋਏਗੀ ਆਪਾਂ ਜਾਣਾ ਹੀ ਜਾਣਾ ਪਹਿਲੇ ਦਿਨ ਹੀ। ਐਕਟਿੰਗ ਨੀਰੂ ਬਾਜਵਾ ਦੀ ਵੀ ਵਧੀਆ ਵਾ, ਅਤੇ ਦਿਲਜੀਤ ਦੀ ਵੀ ਵਧੀਆ ਵਾ, ਦੋਨਾਂ ਦੀ ਵਧੀਆ ਵਾ। ਮੂਵੀ ਨੂੰ ਸਟਾਰ ਕਰਨਾ ਹੋਵੇ 5 ਸਟਾਰ 'ਚੋਂ ਕਿੰਨੇ ਸਟਾਰ? 5। ਮੱਚ ਅਵੇਟਿਡ ਮੂਵੀ ਸੀਗੀ ਕਿਉਂਕਿ 1 ਵੀ ਦੇਖ ਲਈ ਲੋਕਾਂ ਨੇ, 2 ਵੀ ਦੇਖ ਲਈ, ਅਤੇ ਅੱਜ ਜਿਹੜਾ ਕਿ 3 ਵੇਖਣ ਵਾਸਤੇ ਲੋਕ ਬਹੁਤ ਸਭਨਾਂ ਨਾਲ ਉਡੀਕ ਕਰ ਰਹੇ ਸੀ। ਅੱਜ 27 ਤਰੀਕ ਆ ਗਈ ਤਾਂ ਕੀ ਕਹਿਣਾ? ਬਹੁਤ ਅੱਛਾ, ਅੱਜ ਮਤਲਬ ਬਹੁਤ ਅੱਛਾ ਥਾ, ਮੂਵੀ ਬਹੁਤ ਅੱਛੀ ਥੀ, ਬਹੁਤ ਮਜ਼ਾ ਆਇਆ, ਐਂਡ ਇਟ ਵਾਸ ਗੁੱਡ, ਵੈਰੀ ਗੁੱਡ। ਅੱਛਾ, ਮੂਵੀ ਨੂੰ ਸਟਾਰ ਕਰਨਾ ਹੋਵੇ 5 ਸਟਾਰ 'ਚੋਂ ਕਿੰਨੇ ਸਟਾਰ? 5, ਬਹੁਤ ਅੱਛੀ ਆ, ਬਹੁਤ ਵਧੀਆ। ਸਟੋਰੀ ਮਤਲਬ ਫੈਮਿਲੀ 'ਤੇ ਆ, ਐਂਡ 1-2 ਦੇ ਹਿਸਾਬ ਨਾਲ ਬਹੁਤ ਸਹੀ ਸੀਗੀ, ਇਟ ਵਾਸ ਗੁੱਡ। ਨਹੀਂ ਵੇਖੋ, ਆਪਾਂ ਸਾਰੇ ਜਾਣਦੇ ਹਾਂ ਕਿ ਦਲਜੀਤ ਦੋਸਾਂਝ ਜਿਹੜੀ ਵੀ ਮੂਵੀ ਬਣਾਉਂਦਾ ਉਹ ਇੱਕ ਮਨੋਰੰਜਨ ਜਾਂ ਪਰਿਵਾਰਕ ਮੂਵੀ ਬਣਾਉਂਦਾ, ਸੋ ਇਸ ਲਈ ਅਸੀਂ ਇਹ ਵੀ ਵੇਖ ਕੇ ਵੇਖੀਏ ਵੀ ਬਹੁਤ ਵਧੀਆ ਮੂਵੀ ਹੈਗੀ ਆ, ਇੱਕ ਪਰਿਵਾਰ ਦੇ ਵਿੱਚ ਬੈਠ ਕੇ ਵੇਖਣ ਵਾਲੀ ਆਪਣੀ ਸੱਭਿਆਚਾਰਕ ਮੂਵੀ ਹੈਗੀ ਆ। ਹੋਰ ਨਹੀਂ, ਹਾਸੇ ਖੇਡੀਆਂ ਉਹ ਤਾਂ ਮਨੋਰੰਜਨ, ਹਾਸੇ ਖੇਡੀਆਂ ਜੀ ਅੱਜ ਦਾ ਮਨੋਰੰਜਨ ਤਾਂ ਕਰਾਉਂਦੀ ਪਈ ਹੈ ਇਹ ਫਿਲਮ, ਇਸ ਕਰਕੇ ਅਸੀਂ ਬਹੁਤ ਬਹੁਤ ਧੰਨਵਾਦ ਆ ਇਹ ਪੰਜਾਬੀ ਫਿਲਮ ਇੰਡਸਟਰੀ ਦਾ ਜੋ ਇਹੋ ਜਿਹੇ ਫਿਲਮਾਂ ਬਣਾਉਂਦੀ ਰਹੇ ਅੱਗੇ ਤੋਂ, ਤਾਂ ਜੋ ਲੋਕ ਆਪਣੇ ਸੱਭਿਆਚਾਰ ਨਾਲ ਵੀ ਜੁੜੇ ਰਹਿਣ ਅਤੇ ਮਨੋਰੰਜਨ ਵੀ ਕਰਦੇ ਰਹਿਣ। ਧੰਨਵਾਦ। 5 ਸਟਾਰ ਜੋ ਨੇ ਅਸੀਂ ਪਲੱਸ 5 ਆ ਜੀ। ਕੀ ਕਹਿਣਾ ਜੀ, ਕਿਸਾਂ ਦੀ ਮੂਵੀ ਲੱਗੀ ਔਰ ਕਿੰਨੀ ਕੁ ਉਡੀਕ ਸੀ ਇਸ ਮੂਵੀ? ਬਹੁਤ ਦੇਰ ਤੋਂ ਉਡੀਕ ਸੀ, ਹੁਣ ਜੈਟ ਐਂਡ ਜੂਲੀਅਟ 4 ਦੀ ਵੀ ਉਡੀਕ ਹੈ। ਐਕਟਿੰਗ ਵੀ ਬਹੁਤ ਵਧੀਆ ਨੀਰੂ ਮੈਮ ਐਂਡ ਦਲਜੀਤ ਸਰ ਦੀ, ਬੈਸਟ ਆਫ ਲੱਕ ਫੋਰ ਦਰ ਫਿਊਚਰ।
ਐਂਡ ਮੇ ਜੱਟ ਐਂਡ ਜੂਲੀਅਟ 4 ਕਮ ਵੈਰੀ ਸੂਨ। ਜੱਟ ਐਂਡ ਜੂਲੀਅਟ 3 ਇਜ਼ ਵੈਰੀ ਸਕਸੈਸਫੁਲ ਐਂਡ ਵੈਰੀ ਹਾਏ ਜੂਲੀਅਟ ਵੈਰੀ ਨਾਈਸ ਸੌਂਗ ਐਂਡ ਇਹ ਤਾਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਕਿੰਨਾ ਫੇਮਸ ਹੈ ਇਹ ਵਾਲਾ ਸੌਂਗ। ਵੈਰੀ ਨਾਈਸ ਸੌਂਗ, ਵੈਰੀ ਨਾਈਸ ਫਿਲਮ ਐਂਡ ਹਾਂਜੀ ਮੋਰ ਦੈਨ 5 ਸਟਾਰ, ਬਹੁਤ ਅੱਛੀ ਥੀ। ਜੋ ਉਹਦਾ ਸੀ ਸਾਰੀ ਸਟੋਰੀ ਵੀ ਵਧੀਆ ਸੀ, ਕਾਮੇਡੀ ਸੀ ਬਹੁਤ ਵਧੀਆ ਸੀ। ਜੱਟ ਐਂਡ ਜੂਲੀਅਟ 1-2 ਤੋਂ ਬਾਅਦ ਅੱਜ ਜੱਟ ਐਂਡ ਜੂਲੀਅਟ 3 ਰਿਲੀਜ਼ ਹੋਈ ਹੈ ਔਰ ਲੋਕਾਂ ਨੇ ਇਸ ਮੂਵੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ ਔਰ ਦਲਜੀਤ ਦੋਸਾਂਝ, ਨੀਰੂ ਬਾਜਵਾ ਦੀ ਐਕਟਿੰਗ ਦੀ ਤਾਂ ਲੋਕ ਜੰਮ ਕੇ ਤਾਰੀਫ ਕਰਦੇ ਨੇ ਔਰ ਲੋਕ ਇਸ ਜੋੜੀ ਦੇ ਬਹੁਤ ਵੱਡੇ ਫੈਨ ਵੀ ਨੇ ਔਰ ਇਸ ਮੂਵੀ ਨੂੰ 5 'ਚੋਂ ਕੋਈ 10 ਸਟਾਰ ਵੀ ਦਿੰਦਾ ਹੋਇਆ ਵਿਖਾਈ ਦੇ ਰਿਹਾ ਔਰ ਕੁਝ ਲੋਕਾਂ ਨੇ ਇਹ ਵੀ ਕਿਹਾ ਵੀ ਹੁਣ ਉਹਨਾਂ ਨੂੰ ਉਡੀਕ ਹੋਵੇਗੀ ਜੱਟ ਐਂਡ ਜੂਲੀਅਟ 4 ਦੀ। ਕੈਮਰਾ ਪਰਸਨ ਵਿਪਨ ਸ਼ਰਮਾਣਾ, ਸਿਕੰਦਰ ਪਸਰੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब, फेसबुक, इंस्टाग्राम, एक्स और व्हाट्सएप चैनल पर।